ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਾਮਦਾਸ ਜੀ ਦੇ ਇਸ ਗੁਰਪੁਰਬ ਦੇ ਉੱਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ 9 ਅਕਤੂਬਰ 2013 ਨੂੰ ਅਸੀਂ ਈਕੋ ਅੰਮ੍ਰਿਤਸਰ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਜਿਹਦੇ ਰਾਹੀਂ ਅਸੀਂ ਜਿਵੇਂ ਮਹਾਰਾਜ ਦੇ ਆਪਣੇ ਮਹਾਂਵਾਕ ਨੇ ਚਾਤਰਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗਮੀਨ ਪਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹਨਾਂ ਦੇ ਅਨੁਸਾਰ ਹੀ ਅਸੀਂ ਸਿਰਫ ਇੱਕ ਸਿੱਧ ਕਰਨਾ ਚਾਹੁੰਦੇ ਜੋ ਸਮਝਦੇ ਹਾਂ ਅਸੀਂ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੰਨਾ ਇਹ ਸ਼ਹਿਰ ਉਹਨਾਂ ਦੀ ਵਸਾਈ ਹੋਈ ਨਗਰੀ ਸਾਡੀ ਹੈ ਉਨੀ ਇਹ ਪੰਛੀਆਂ ਦੀ ਹੈ ਜੋ ਉਹਨਾਂ ਨੂੰ ਇਸ ਅੱਜ ਦੇ ਯੁੱਗ ਦੇ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਘਰ ਬਣਾਉਣ ਦੇ ਵਿੱਚ ਵੀ ਘਰ ਆਪਣੇ ਆਲ੍ਹਣੇ ਬਣਾਉਣ ਦੇ ਵਿੱਚ ਜਾਂ ਆਪਣੇ ਵਾਸਤੇ ਇੱਕ ਥਾਂ ਰਹਿਣ ਵਾਸਤੇ ਅਤੇ ਉਹ ਉਹਨਾਂ ਦੀ ਹਰ ਬੋਲੀ ਹੋਈ ਚੀਜ਼ ਜੋ ਰੱਬ ਦਾ ਆਪਣਾ ਨਾਮ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਧਾਰਮਿਕ ਸਥਾਨਾਂ ਰਾਹੀਂ ਅਤੇ ਇੱਕ ਐਜੂਕੇਸ਼ਨ ਇੰਸਟੀਟਿਊਟ ਰਾਹੀਂ ਅਸੀਂ ਇਹ ਆਲ੍ਹਣੇ ਜਿਹੜੇ ਹੈਗੇ ਨੇ ਸਿੰਬੋਲਿਕਲੀ ਪਲੇਸ ਕਰੀਏ ਤਾਂ ਕਿ ਉੱਥੋਂ ਦੀ ਸੰਗਤ ਜਿਹੜੀ ਇਹਦੇ ਕੋਲੋਂ ਪ੍ਰੇਰਿਤ ਹੋ ਕੇ ਆਪਣੇ ਘਰਾਂ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਪੰਛੀਆਂ ਵਾਸਤੇ ਅਲੱਗ ਰਹਿਣ ਵਾਸਤੇ ਰੱਖ ਬਣਾ ਸਕੇ ਜਾਮਾ ਮਸਜਿਦ ਖੈਰੁਦੀਨ ਜਾ ਰਹੇ ਹਾਂ ਜੀ ਹਾਲ ਗੇਟ ਜੋ ਮੁਸਲਿਮ ਭਾਈਚਾਰੇ ਵਾਸਤੇ ਮੋਸਟ ਇੰਪੋਰਟੈਂਟ ਏਰੀਆ ਹੈ ਸਾਡੇ ਇਲਾਕੇ ਦਾ ਅਤੇ ਉੱਥੇ ਅਸੀਂ ਆਲ੍ਹਣੇ ਜਿਹੜੇ ਹੈਗੇ ਨੇ ਇੰਸਟਾਲ ਕਰਾਂਗੇ ਉੱਥੋਂ ਦੇ ਇਮਾਮ ਸਾਹਿਬ ਦੇ ਨਾਲ ਹਰਿਮੰਦਰ ਸਾਹਿਬ ਗੁਰੂ ਕਾ ਬਾਗ ਦੇ ਵਿੱਚ ਜਾ ਕੇ ਇਹੀ ਜਿਹੜੇ ਆਲ੍ਹਣੇ ਨੇ ਉਹ ਹਰਿਮੰਦਰ ਸਾਹਿਬ ਦੇ ਮੈਨੇਜਰ ਸਰਦਾਰ ਪ੍ਰਤਾਪ ਸਿੰਘ ਹੁਣਾਂ ਦੇ ਨਾਲ ਕੋਸ਼ਿਸ਼ ਕਰਕੇ ਉੱਥੇ ਇੰਸਟਾਲ ਕਰਨੇ ਨੇ ਉਸ ਬਾਗ ਦੇ ਵਿੱਚ ਜੋ ਗੁਰੂ ਸਾਹਿਬ ਦਾ ਆਪਣਾ ਬਣਾਇਆ ਹੋਇਆ ਵਿਚ ਇਜ਼ ਵੈਰੀ ਐਕਸਾਈਟਿੰਗ ਨਜ਼ਾਰਾ ਤਾਂ ਦੇਖਿਆ ਬਣਦਾ ਸੀਗਾ ਜੀ ਆਉਣ ਨੂੰ ਬਿਲਕੁਲ ਜੀ ਨਹੀਂ ਸੀ ਕਰਦਾ ਪਰ ਕਿਉਂਕਿ ਇਸ ਕੰਮ ਦੇ ਉੱਤੇ ਨਿਕਲੇ ਹੋਏ ਹਾਂ ਇਸ ਕਰਕੇ ਹੁਣ ਮੀਰੀ ਪੀਰੀ ਅਕੈਡਮੀ ਜਾਵਾਂਗੇ ਜਾ ਰਹੇ ਹਾਂ ਟੁਵਰਡਸ ਸੇਂਟ ਮੈਰੀਜ਼ ਚਰਚ ਗੁਮਟਾਲਾ ਜਿੱਥੇ ਫਾਦਰ ਮਨੋਹਰ ਗਿੱਲ ਸਾਡੇ ਨਾਲ ਆਲ੍ਹਣੇ ਲਾਉਣਗੇ ਸੇਂਟ ਮੈਰੀਜ਼ ਚਰਚ ਤੋਂ ਬਾਅਦ ਜੀ ਹੁਣ ਤੁਹਾਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਰਾਣੀ ਕਾ ਬਾਗ ਅੰਮ੍ਰਿਤਸਰ ਦੇ ਵਿੱਚ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ